ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਵਿੱਚ ਲਾਗੂ ਕਰਫਿਊ 14 ਅਪ੍ਰੈਲ ਤੋਂ ਬਾਅਦ ਸ਼ਾਇਦ ਵੱਧ ਸਕਦਾ ਹੈ, ਕਿਉਂਕਿ ਕੋਰੋਨਾ ਵਾਇਰਸ ਦੇ ਖਿਲਾਫ ਇਹ ਲੜਾਈ ਹਾਲੇ ਲੰਮੀ ਚੱਲ ਸਕਦੀ ਹੈ। ਇਸ ਨੂੰ ਲੈ ਕੇ ਜ਼ਿਲ੍ਹਾ ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਰੀਬ ਵੱਲੋਂ ਲੋਕਾਂ ਨੂੰ ਘਰੇ ਡਾਕ ਰਾਹੀਂ ਪੱਤਰ ਭੇਜ ਕੇ ਜਾਗਰੂਕ ਕਰਦੇ ਹੋਏ ਸਹਿਯੋਗ ਮੰਗਿਆ ਜਾ ਰਿਹਾ ਹੈ। ਕੀ ਅਪੀਲ ਕੀਤੀ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ, ਲਓ ਤੁਸੀਂ ਵੀ ਸੁਣੋ। ਜ਼ਿਲ੍ਹਾ ਰੂਪਨਗਰ ਨਿਵਾਸੀਆਂ ਨੂੰ ਇੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਅਪੀਲ ਕੀਤੀ ਜਾ ਰਹੀ ਹੈਗੀ। ਇੱਕ ਲੈਟਰ ਜੋ ਮੇਰੇ ਵੱਲੋਂ ਆਪ ਸਾਰਿਆਂ ਨੂੰ ਭੇਜਿਆ ਜਾ ਰਿਹਾ ਹੈਗਾ, ਕਾਇੰਡਲੀ ਇਸ ਲੈਟਰ 'ਤੇ ਗੌਰ ਕਰਨ। ਇਸ ਲੈਟਰ ਦੇ ਵਿੱਚ ਅਸੀਂ ਕੁਛ ਮੁੱਢਲੀ ਚੀਜ਼ਾਂ ਦੀ ਡਿਟੇਲ ਦੇ ਵਿੱਚ ਗੱਲ ਕੀਤੀ ਹੈਗੀ, ਜਿਵੇਂ ਕਿ ਸਾਰੇ ਲੋਕ ਜਾਣਦੇ ਨੇ ਕਿ ਕੋਰੋਨਾ ਕੋਵਿਡ-19 ਤੋਂ ਬਚਾਅ ਹੀ ਇਸ ਦਾ ਇੱਕ ਮਾਤਰ ਤਰੀਕਾ ਹੈ, ਇੱਕ ਮਾਤਰ ਦਵਾਈ ਹੈ। ਇਸ ਨੂੰ ਧਿਆਨ ਦੇ ਵਿੱਚ ਰੱਖਣ 'ਤੇ ਹੀ ਸਾਡੇ ਅਤੇ ਸਾਡੇ ਪਰਿਵਾਰ ਦੀ ਹੀ ਭਲਾਈ ਹੈ, ਜਿਵੇਂ ਕਿ ਆਪ ਆਪਣੇ ਹੱਥ ਸੈਨੇਟਾਈਜ਼ ਕਰਨ, ਆਪਣੇ ਹੱਥ ਨੂੰ ਬਾਰ ਬਾਰ ਧੋਣ, ਬੱਚੇ ਔਰ ਬਜ਼ੁਰਗਾਂ ਦਾ ਸਪੈਸ਼ਲ ਖਿਆਲ ਰੱਖਣ, ਅਤੇ ਕਿਸੇ ਵੀ ਵਿਅਕਤੀ ਤੋਂ ਬਾਹਰ ਦੂਰੀ ਬਣਾ ਕੇ, 1 ਸੇ 1.5 ਮੀਟਰ ਦੀ ਦੂਰੀ ਬਣਾ ਕੇ ਰੱਖਣ, ਆਪਣੇ ਮੂੰਹ 'ਤੇ ਮਾਸਕ ਦਾ ਪ੍ਰਯੋਗ ਕਰਨ, ਅਤੇ ਘੱਟੋ ਘੱਟ ਘਰ ਦੇ ਬਾਹਰ ਨਿਕਲਣ। ਬਹੁਤ ਹੀ ਜ਼ਰੂਰੀ ਮੈਡੀਕਲ ਐਮਰਜੈਂਸੀ ਜਾਂ ਐਮਰਜੈਂਸੀ ਵੇਲੇ ਹੀ ਘਰ ਤੋਂ ਬਾਹਰ ਨਿਕਲਣ, ਕਿਉਂਕਿ ਇਹ ਕੋਰੋਨਾ ਕੋਵਿਡ-19 14 ਅਪ੍ਰੈਲ ਤੋਂ ਬਾਅਦ ਨਹੀਂ ਖਤਮ ਹੋ ਜਾਣੇ ਵਾਲਾ ਹੈ, ਇਹ ਲੰਬੀ ਲੜਾਈ ਚੱਲਣੀ ਹੈ। ਇਸੀ ਸੰਬੰਧ ਦੇ ਵਿੱਚ ਆਪ ਨੂੰ ਮੇਰੇ ਪੱਤਰ ਦੇ ਮਾਧਿਅਮ ਤੋਂ ਅਸੀਂ ਆਗਾਹ ਕਰਾਉਣਾ ਚਾਹੁੰਦੇ ਹਾਂ ਅਤੇ ਤੁਹਾਡਾ ਸਹਿਯੋਗ ਚਾਹੁੰਦੇ ਨੇ ਕਿ ਇਸ ਪੱਤਰ ਨੂੰ ਤੁਸੀਂ ਮੰਨ ਦਿਓ, ਸਾਡਾ ਸਹਿਯੋਗ ਦਿਓ, ਅਤੇ ਅੱਗੇ 14 ਅਪ੍ਰੈਲ ਤੋਂ ਬਾਅਦ ਵੀ ਇਹ ਲੜਾਈ ਜਿਹੜੀ ਹੈ ਉਹ ਸਾਡੀ ਜਾਰੀ ਰਹੇਗੀ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ।